पकड़ने की कोशिश की थी तो वो जिहड़ा शरारती अंसर सी उहने गड्डी जिहड़ी उहनां नूं काफ़ी दूर तक उहनां नूं घसीट के लैके गया ते थोड़ी दूर अगे जाके उहनां दा जिहड़ा इक पैर सी ओह गड्डी दे टायर दे थल्ले आया गा। इस तरह की वड्डी खबर सामने आ रही है पटियाले तो जिथे एक स्विफ्ट कार पुलिस मुलाजम नूं टक्कर मार के मौके तो फरार हो गई है। तुसीं वेख सकते हो वीडियो कि मुलाजम वालों कार रोकने की कोशिश की जा रही है पर कार ड्राइवर वालों कार भजा ली जाती है जिसके चलते मुलाजम को सट लग गई है। उधर इस पूरे मामले पर पुलिस अधिकारियों ने की दसिया तुसीं भी सुनो। ਸਾਰਾ ਜਿਹੜੀ ਇੰਸੀਡੈਂਟ ਹੋਇਆ ਕਲੀਅਰ ਹਸਪਤਾਲ ਦੇ ਕੋਲ ਕੀ ਇੰਸੀਡੈਂਟ ਹੈ, ਕੌਣ ਮੁਲਾਜ਼ਮ ਸੀ? ਕਲੀਅਰ ਹਸਪਤਾਲ ਕੋਲੇ ਨਹੀਂ ਹੋਇਆ, ਕਲੀਅਰ ਹਸਪੀਟਲ ਦੇ ਵਿੱਚ ਉਹਨੂੰ ਐਡਮਿਟ ਕਰਾਇਆ ਗਿਆ ਜੀ। 15 ਅਗਸਤ ਦੇ ਸੰਬੰਧ ਵਿੱਚ ਜਿਹੜੀਆਂ ਸਾਡੀ ਚੈਕਿੰਗ ਚੱਲ ਰਹੀ ਹੈ ਬੈਡ ਐਲੀਮੈਂਟਸ ਨੂੰ ਵੀ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਉਸ ਦੇ ਲਈ ਚੈਕਿੰਗ ਚੱਲ ਰਹੀ ਸੀ। ਸਾਡੇ ਬਹੁਤ ਹੀ ਮਿਹਨਤੀ ASI ਸੂਬਾ ਸਿੰਘ ਜਿਹੜੇ ਕਿ ਮਾਡਲ ਟਾਊਨ ਚੌਂਕੀ ਇੰਚਾਰਜ ਸੀ, ਜਦੋਂ ਇਹਨਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿਹੜਾ ਸ਼ਰਾਰਤੀ ਅਨਸਰ ਸੀ ਉਹਨੇ ਗੱਡੀ ਜਿਹੜੀ ਉਹਨਾਂ ਨੂੰ ਕਾਫੀ ਦੂਰ ਤੱਕ ਉਹਨਾਂ ਨੂੰ ਘਸੀਟ ਕੇ ਲੈ ਕੇ ਗਿਆ ਅਤੇ ਥੋੜ੍ਹੀ ਦੂਰ ਅੱਗੇ ਜਾ ਕੇ ਉਹਨਾਂ ਦਾ ਜਿਹੜਾ ਇੱਕ ਪੈਰ ਸੀ ਉਹ ਗੱਡੀ ਦੇ ਟਾਇਰ ਦੇ ਥੱਲੇ ਆਇਆ ਗਾ, ਜਿਸ ਨਾਲ ਉਹਨਾਂ ਦੀ ਹਲੇ ਚੱਲ ਰਿਹਾ ਟ੍ਰੀਟਮੈਂਟ, ਸ਼ਾਇਦ ਫ੍ਰੈਕਚਰ ਹੈ ਅਤੇ ਅਸੀਂ ਗੱਡੀ ਟਰੇਸ ਕਰ ਲਈ ਹੈ। ਜਲਦੀ ਉਹਦੇ 'ਤੇ 307 ਦਾ ਪਰਚਾ ਦੇ ਕੇ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਹਰਿਆਣੇ ਦਾ ਰਵਾੜੀ ਦੀ ਗੱਡੀ ਹੈ, ਹਲੇ ਕਨਫਰਮ ਨਹੀਂ ਹੋਇਆ, ਹਲੇ ਅਸੀਂ ਉਹਨੂੰ ਕ੍ਰੋਸ ਚੈੱਕ ਕਰ ਰਹੇ ਹਾਂ ਵੀ ਕਈ ਵਾਰੀ ਅੱਗੇ ਦੀ ਅੱਗੇ ਵਿਕੀ ਹੁੰਦੀ ਹੈ ਗੱਡੀ, ਵੀ ਕਿਹੜਾ ਸ਼ਖਸ ਸੀਗਾ ਉਸ ਨੂੰ। ਕਿਸ ਤਰ੍ਹਾਂ ਦੇ ਮਨਸੂਬੇ ਸੀ ਵੀ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਮਹਿਤ ਕੀਤਾ ਜਾ ਰਿਹਾ? ਦੇਖੋ ਹਲੇ ਜਿੰਨੀ ਦੇਰ ਉਹ ਅਰੈਸਟ ਨਹੀਂ ਹੁੰਦਾ ਉਹ ਸਾਹਮਣੇ ਨਹੀਂ ਆਉਂਦਾ ਉਦੋਂ ਦਾ ਹੈ। 2-3 ਦਿਨਾਂ ਤੋਂ ਅਸੀਂ ਦੇਖ ਰਹੇ ਸੀ ਵੀ ਇਹ ਹਰਿਆਣਾ ਦਾ ਨੰਬਰ ਜਿਹੜੀ ਗੱਡੀ ਹੈ ਇਹ ਇੱਥੇ ਥੋੜ੍ਹਾ ਜਿਹਾ ਹੁਲੜਬਾਜ਼ੀ ਕਰ ਰਹੀ ਸੀ, ਅਸੀਂ ਨਿਗਾਹ 'ਚ ਸੀਗੀ ਸਾਡੇ ਇਹ, ਪਰ ਇਹਨੂੰ ਜਲਦੀ ਅਸੀਂ ਅਰੈਸਟ ਕਰ ਲਿਆ। ਕਈ ਝੰਡੇ ਲਗਾ ਕੇ ਇਸ ਤਰ੍ਹਾਂ ਦੀ ਹੁੜਦੰਗਬਾਜ਼ੀ ਅਕਸਰ ਸ਼ਾਮ ਨੂੰ ਦੇਖਣ ਨੂੰ ਮਿਲਦੀ ਹੈ ਕਈ ਚੌਂਕਾਂ ਦੇ ਵਿੱਚ। ਨਹੀਂ ਕੋਈ ਇਹੋ ਜਿਹੀ ਗੱਲ ਨਹੀਂ, ਜਿੱਦਣ ਦਾ ਮੈਂ ਆਇਆ ਉਸ ਦਿਨ ਦੀ ਇੱਕ ਸਾਡੇ ਕੋਲ ਆਏ ਸੀ ਸਕੋਰਪੀਓ ਨਾਗਨੀ ਵਾਲੀ, ਉਹਦੇ 'ਤੇ ਅਸੀਂ ਪਰਚਾ ਦਿੱਤਾ, ਉਹਨਾਂ ਨੇ ਨੰਬਰ ਪਲੇਟ ਨਹੀਂ ਸੀ ਲੱਗੀ, ਮੋਡੀਫਿਕੇਸ਼ਨ ਕੀਤੀ ਹੋਈ ਸੀ ਗੱਡੀ 'ਚ, ਉਹਨਾਂ 'ਤੇ ਅਸੀਂ ਪਰਚਾ ਦਿੱਤਾ ਹੈਗਾ, ਗੱਡੀ ਅਸੀਂ ਫੜ ਲਈ ਉਹ ਵੀ ਨਾਗਨੀ। ਕਿਹੜੀ ਜਗ੍ਹਾ ਦਾ ਮਾਮਲਾ ਇਹ ਜਿਹੜਾ ਪੁਲਿਸ ਵਾਲਿਆਂ ਨਾਲ ਹੋਇਆ? ਇਹ ਲੀਲਾ ਭਵਨ ਚੌਂਕ ਦਾ ਜੀ। ਸਰ ਇਹ ਕਿਹੜਾ ਵਾਹਨ ਸੀ? ਇਹ ਡਿਜ਼ਾਇਰ ਗੱਡੀ ਹੈ।